ਵੀਡੀਓ ਦੇਖਣ ਤੋਂ ਪਹਿਲਾਂ ਸਾਡਾ ਇਹ ਚੈਨਲ YouTube ਦਾ ਮੇਰਾ ਪਿੰਡ ਨਿਰਾਲਾ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਆਸਾਨੀ ਨਾਲ ਮਿਲ ਸਕਣ। ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਨਿਰਾਲਾ। ਲੰਘੇ ਦਿਨੀ ਜੰਮੂ ਦੇ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਗੁਰਦੁਆਰਾ ਬੌਲੀ ਸਾਹਿਬ ਨਿਰਾਲਾ ਵਿੱਚ ਨਗਰ ਦੀ ਸੰਗਤ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸਜਣ ਮੇਰੇ ਰੰਗ ਲੇ ਜੈ ਸੁਤੇ ਜੀਰਾਣ ਸਜਣ ਮੇਰੇ ਰੰਗ ਲੇ ਜੈ ਸੁਤੇ ਜੀਰਾਣ ਹਮ ਵੀ ਬਨ ਜਾ ਤੁਮਣੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਨਿਰਾਲਾ ਦੀ ਸੰਗਤ ਵੱਲੋਂ, ਖਾਸ ਕਰਕੇ ਬੀਬੀਆਂ ਵੱਲੋਂ ਬੜਾ ਹੀ ਵਧੀਆ ਉਪਰਾਲਾ ਕੀਤਾ ਗਿਆ। ਗੁਰਦੁਆਰਾ ਬੌਲੀ ਸਾਹਿਬ ਪਾਤਸ਼ਾਹ ਛੇਵੀਂ ਨਿਰਾਲਾ ਵਿਖੇ, ਜੋ ਪਿਛਲੇ ਦਿਨੀ ਪੁਲਵਾਮਾ ਦੇ ਵਿੱਚ ਫੌਜੀ ਜਵਾਨ ਸ਼ਹੀਦ ਹੋਏ ਸਨ ਇੱਕ ਬੰਬ ਧਮਾਕੇ ਦੇ ਨਾਲ, ਉਹ ਦੇਸ਼ ਦੀ ਰੱਖਿਆ ਦੇ ਵਾਸਤੇ ਆਪਣੀ ਡਿਊਟੀ ਕਰਨ ਜਾ ਰਹੇ ਸਨ, ਪਰ ਕਿਸੇ ਮਾੜੀ ਨੀਤ ਵਾਲੇ ਨੇ, ਮਾੜੇ ਅਨਸਰ ਨੇ ਉਹ ਵਿਸਫੋਟ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸੋ ਸੰਗਤ ਵੱਲੋਂ ਬੜਾ ਚੰਗਾ ਉਪਰਾਲਾ ਕੀਤਾ ਗਿਆ ਹੈ। ਗੁਰਦੁਆਰਾ ਬੌਲੀ ਸਾਹਿਬ ਵਿਖੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਸਨ, ਭੋਗ ਪਏ ਸਨ। ਉਸ ਤੋਂ ਉਪਰੰਤ ਕੀਰਤਨ ਹੋਏ ਔਰ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸੋ ਬੜਾ ਵਧੀਆ ਹੀ ਵਧੀਆ ਉਪਰਾਲਾ ਹੈ ਸੰਗਤ ਵੱਲੋਂ ਕੀਤਾ ਗਿਆ, ਜੋ ਖਾਸ ਕਰਕੇ ਫੌਜੀ ਸਾਹਿਬ ਸਾਹਮਣੇ ਖੜ੍ਹੇ ਹਨ। ਕੀ ਨਾਮ ਤੁਹਾਡਾ ਜੀ? ਇਹ ਫੌਜ 'ਚੋਂ ਰਿਟਾਇਰ ਹੋ ਕੇ ਆਏ ਹਨ, ਇਹਨਾਂ ਦੇ ਨਾਲ ਤੁਹਾਡਾ ਕੀ ਨਾਮ ਹੈ? ਤੁਹਾਨੂੰ ਕਿੰਨੇ ਇਹ ਪ੍ਰੇਰਣਾ ਦਿੱਤੀ ਕਿ ਤੁਸੀਂ ਇਹ ਅਖੰਡ ਪਾਠ ਰਖਵਾਈਏ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ? ਠੀਕ ਹੈ, ਸਾਡੇ ਵਾਸਤੇ, ਸਾਡੀ ਸੁਰੱਖਿਆ ਵਾਸਤੇ ਉਹ ਆਪਣੀ ਜਾਨ ਦਿੰਦੇ ਆ, ਡਿਊਟੀ ਕਰਦੇ ਆ ਔਖੇ ਟਾਈਮ ਦੇ, ਪਹਾੜਾਂ ਦੇ ਵਿੱਚ ਬਰਫ਼ਾਂ ਵਿੱਚ ਰਹਿ ਕੇ ਉਹ ਫੌਜੀ ਜਵਾਨ ਜਿਹੜੇ ਉਹ ਡਿਊਟੀ ਕਰਦੇ ਆ। ਸੋ ਇਹਨਾਂ ਬੀਬੀਆਂ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਸੰਗਤ ਵੱਲੋਂ, ਪਿੰਡ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਹੈ। ਸੋ ਇਸ ਦੇ ਸੰਬੰਧ ਵਿੱਚ ਮੈਂ ਹੋਰਨਾਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ, ਅਪੀਲ ਕਰਾਂਗਾ ਕਿ ਉਹ ਵੀ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਕਰਨ। ਪਿਛਲੇ ਦਿਨੀ ਆਪਾਂ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ, ਸੁਖਦੇਵ ਜੀ, ਰਾਜਗੁਰੂ ਜੀ,
ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੁਰਬਾਨੀਆਂ ਕੀਤੀਆਂ, ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਸੀ। ਸੋ ਮੌਜੂਦਾ ਸਮੇਂ ਦੇ ਵਿੱਚ ਦੇਸ਼ ਦੀ ਰੱਖਿਆ ਦੇ ਵਾਸਤੇ ਜੋ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ, ਅਸੀਂ ਸਾਰੀ ਸੰਗਤ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।